You're listening to CNN Toronto, Chawla News Network Toronto. ਧੰਨਵਾਦ, ਸ਼ੁਕਰੀਆ ਚਾਵਲਾ ਸਾਹਿਬ ਜੋੜਨ ਲਈ ਦੁਬਾਰਾ ਪਲੀਜ਼। ਅੱਛਾ, ਹਰਿਆਣੇ ਦੇ ਵਿੱਚ ਤੁਸੀਂ ਦੱਸ ਚੁੱਕੇ ਹੋ ਕਿ RSS ਨੇ ਮੋਰਚਾ ਸੰਭਾਲਿਆ ਜੀ, ਹੁਣ ਖੁੱਲ ਕੇ RSS ਜਿਹੜੀ ਹੈ ਮੈਦਾਨ ਦੇ ਵਿੱਚ ਆ ਗਈ ਹੈ। ਹਾਂਜੀ ਬਿਲਕੁਲ ਬਿਲਕੁਲ, ਚਲੋ ਸਰ ਖੁੱਲ ਕੇ ਦੇਖੋ, 150 ਦੇ ਕਰੀਬ ਤਾਂ ਬੰਦਾ ਇਹਨਾਂ ਨੇ ਜਿਹੜਾ ਕਿ ਅਖਬਾਰ ਛਪਿਆ, ਪਤਾ ਤਾਂ ਵੀ ਲੱਗ ਰਿਹਾ, ਕਹਿੰਦੇ ਕਾਫੀ ਇੱਥੇ ਬੰਦਿਆਂ ਨੇ। ਇਹ 150 ਦੇ ਉਹ ਲੋਕ ਨੇ ਜਿਹੜੇ ਕਿ ਅਹਿਮ RSS ਦੇ ਕਾਰਕੁਨ, ਉਹਨਾਂ ਲੋਕ ਉਹ ਲੋਕ ਨੇ। ਇਹਨਾਂ ਦੇ ਅੱਗੇ ਹੋਰ ਟੀਮਾਂ ਨੇ, 200 ਦੇ ਕਰੀਬ ਮੀਟਿੰਗਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ। ਹਰਿਆਣਾ ਮੈਂ ਤੈਨੂੰ ਕਿਹਾ ਸੀਗਾ ਵੀ ਕਮਜ਼ੋਰ ਚੱਲ ਰਿਹਾ, ਥੋੜ੍ਹੀ ਪੁਜੀਸ਼ਨ ਪਤਲੀ ਹੈਗੀ ਆ, ਕੁਛ ਤਾਂ ਬਾਗੀ ਹੋ ਗਏ, ਬਗਾਵਤ ਕਰਤੀ ਲੋਕਾਂ ਨੇ ਬਹੁਤ ਜ਼ਿਆਦਾ, ਕਿਉਂਕਿ ਟਿਕਟਾਂ ਬਹੁਤ ਕੱਟੀਆਂ ਗਈਆਂ। 200 ਦੇ ਕਰੀਬ ਲੋਕ ਬਗਾਵਤ ਕਰ ਚੁੱਕੇ ਨੇ, ਬਹੁਤ ਸਾਰੇ ਜਿਹੜੇ ਕਿ 12 ਤਰੀਕ ਲਾਸਟ ਹੈਗੀ ਆ ਡੇਟ ਉਹਨਾਂ ਦੀ ਨਾਮਜ਼ਦਗੀਆਂ ਦਾਖਲ ਕਰਨ ਦੀ, ਅਤੇ 12 ਤਰੀਕ ਤੋਂ ਪਹਿਲਾਂ ਕਾਫੀ ਭੰਗੜੇ ਪੈਣੇ ਆ। ਇਹ ਉਹਨਾਂ ਤੋਂ ਪਹਿਲਾਂ ਚਾਹੁੰਦੇ ਆ ਕਿ ਜਿਹੜੇ ਲੋਕ ਬਗਾਵਤ ਕਰ ਰਹੇ ਆ, ਜਿਹੜੇ ਬਾਗੀ ਹੋ ਕੇ ਖੜ੍ਹੇ ਆ, ਉਹਨਾਂ ਨੂੰ ਬਿਠਾ ਦਿੱਤਾ ਜਾਵੇ, ਉਹਨਾਂ ਨੂੰ ਚੋਣਾਂ ਨਾਲ ਲੜਾ ਦਿੱਤਾ ਜਾਵੇ, ਕਿਸੇ ਵੀ ਤਰੀਕੇ ਨਾਲ ਉਹ ਕਣਕ ਨੂੰ ਕੁਛ ਵੀ ਕਰਕੇ, ਅਤੇ ਉਹ ਆਪਣਾ ਉਹਨਾਂ ਨੂੰ ਬਿਠਾਉਣਾ ਚਾਹੁੰਦੇ ਆ ਅਤੇ ਬਾਗੀ ਨੂੰ ਮਨਾਉਣਾ ਚਾਹੁੰਦੇ ਆ। RSS ਨੇ ਕਮਾਨ ਸੰਭਾਲੀ ਹੈ। ਦੇਖੋ ਭਾਜਪਾ ਨੂੰ ਕੋਈ ਲਾਭ ਹੁੰਦਾ ਹੈ ਕਿ ਨਹੀਂ ਹੁੰਦਾ RSS ਦਾ ਜੀ? ਔਰ ਜਿਹੜਾ ਕਿਸਾਨ ਮੋਰਚੇ ਲੱਗੇ ਸੀ ਉਹਦਾ ਵੀ ਇਹਨਾਂ ਚੋਣਾਂ ਦੇ ਵਿੱਚ ਕੋਈ ਅਸਰ ਦਿਖਾਈ ਦੇ ਸਕਦਾ, ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਲੋਕ ਪ੍ਰਭਾਵਿਤ ਸਨ, ਕਿਸਾਨਾਂ ਦੇ ਨਾਲ ਜੁੜੇ ਹੋਏ ਸਨ? ਇਹ ਬੜਾ ਵੱਡਾ ਅਸਰ ਹੈ ਚਾਵਲਾ ਸਾਹਿਬ, ਜਿਹੜਾ ਕਿਸਾਨਾਂ ਦਾ ਤਾਂ ਨਾ ਜੀ, ਕਿਉਂਕਿ ਖਾਬ ਪੰਚਾਇਤਾਂ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਖਾਬ ਪੰਚਾਇਤਾਂ ਨਾ ਹਰਿਆਣੇ ਵਿੱਚ ਬੜਾ ਜ਼ਬਰਦਸਤ ਉਹਨਾਂ ਦਾ ਪਕੜ ਹੈਗੀ ਆ, ਅਤੇ ਉਹ ਖਾਬ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਨੇ ਕਿਸਾਨਾਂ ਦੇ ਪੱਖ ਵਿੱਚ ਮਹਾਂ ਪੰਚਾਇਤਾਂ ਕੀਤੀਆਂ ਨੇ, ਕਿਸਾਨਾਂ ਦੇ ਪੱਖ ਵਿੱਚ, ਕਿਸਾਨਾਂ ਦੇ ਹਿੱਤ ਵਿੱਚ ਮਹਾਂ ਪੰਚਾਇਤਾਂ ਕਰਕੇ ਇਹਨਾਂ ਨੇ ਕਿਸਾਨਾਂ ਦਾ ਹਿੱਤ ਪੂਰਾ ਹੈਗਾ। ਅਤੇ ਉਹਨਾਂ ਜਿਹੜੇ ਕਿ ਬਾਰਡਰ ਹੈਗੇ ਨੇ, ਜਿਵੇਂ ਕਨੌਰੀ ਬਾਰਡਰ ਹੈ, ਉੱਥੇ ਤੱਕ ਗਈਆਂ ਨੇ ਉਹ, ਉੱਥੇ ਤੱਕ ਖਾਬ ਪੰਚਾਇਤ ਲੈ ਕੇ ਗਈਆਂ ਆਪਣੇ ਬੰਦਿਆਂ ਨੂੰ, ਕਾਰਕੁਨਾਂ ਨੂੰ। ਉੱਥੇ ਸ਼ੱਕ ਉੱਥੇ ਕਾਫੀ ਖੜਕਾ ਧੜਕਾ ਵੀ ਹੋਇਆ, ਚਲੋ ਇੱਕ ਬੰਦਾ ਮਰ ਵੀ ਗਿਆ ਕਿਸਾਨ, ਅਤੇ ਇਸ ਕਰਕੇ ਜਿਹੜਾ ਉੱਥੇ ਦਾ ਕਿਸਾਨ ਆ ਨਾ ਹਰਿਆਣੇ ਦਾ, ਉਹ ਵੱਡੇ ਪੱਧਰ 'ਤੇ ਵਿਰੋਧ ਤਾਂ ਕਰ ਰਿਹਾ ਅਤੇ ਅੰਦਰੋਂ ਗਤੀ ਵਿਰੋਧ ਤਾਂ ਕਰ ਰਿਹਾ। ਭਾਜਪਾ ਨੇ ਕੋਸ਼ਿਸ਼ ਕੀਤੀ ਆ ਕਿ ਉਹ ਕਿਸਾਨਾਂ ਨੂੰ ਆਪਣੇ ਹਿੱਤ ਵਿੱਚ ਕਰ ਲਵੇ, ਪਰ ਉਹ ਮੇਰੇ ਖਿਆਲ 'ਚ ਅਜੇ ਵੀ ਭਾਜਪਾ ਉੱਧਰ ਕਾਮਯਾਬ ਨਹੀਂ ਹੋਈ। ਕਿਸਾਨਾਂ ਦਾ ਬੜਾ ਅਸਰ ਨਜ਼ਰ ਆ ਰਿਹਾ ਹਰਿਆਣੇ ਦੇ ਵਿੱਚ ਜੀ। ਜੀ 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 ਅਕੀਤਾ ਜੀ, ਕਲਕੱਤੇ ਲੈ ਕੇ ਚੱਲਦੀ ਹੈ, ਸੁਪਰੀਮ ਕੋਰਟ ਨੇ ਹੁਕਮ ਹਾਲਾਂਕਿ ਦਿੱਤਾ ਹੈ ਕਿ ਕੋਈ ਵੀ ਜਿਹੜੀ ਡਾਕਟਰ ਦੇ ਪ੍ਰਦਰਸ਼ਨ ਨਹੀਂ ਜਾਰੀ ਕਰ, ਹਾਲਾਂਕਿ ਪ੍ਰਦਰਸ਼ਨ ਉੱਤੇ ਜਾਰੀ ਹੈਗੇ ਨੇ, ਕੀ ਕਹਿਣਾ ਚਾਹੋਗੇ? ਹੁਕਮ ਜਾਰੀ ਕੀਤੇ ਸੀ ਸੁਪਰੀਮ ਕੋਰਟ ਨੇ ਕਿ ਤੁਸੀਂ ਕੱਲ੍ਹ ਸ਼ਾਮ ਦਾ 5 ਵਜੇ ਤੱਕ ਦਾ ਟਾਈਮ ਸੀਗਾ ਭਾਰਤੀ ਸਮੇਂ ਅਨੁਸਾਰ, ਕੱਲ੍ਹ ਸ਼ਾਮ 5 ਵਜੇ ਤੱਕ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਆਪੋ ਆਪਣੇ ਕੰਮਾਂ 'ਤੇ ਆ ਜਾਓ, ਲੋੜ ਹੈ ਕਿਉਂਕਿ ਲੋਕ ਬੜੇ ਪ੍ਰੇਸ਼ਾਨ ਆ। ਪਰ ਡਾਕਟਰ ਕੱਲ੍ਹ ਤੱਕ ਸ਼ਾਮ ਤੱਕ ਵੀ ਪ੍ਰਦਰਸ਼ਨਾਂ ਕਰਨ ਤੋਂ ਹਟੇ ਨਹੀਂ ਸੀਗੇ। ਪੱਛਮੀ ਬੰਗਾਲ ਦੀ ਜਿਹੜਾ ਕਿ ਜੋ ਕਾਲਜ ਹੈਗਾ ਉਹਨਾਂ ਦਾ, ਜਿੱਥੇ ਕਿ ਇਹ ਕਾਂਡ ਵਾਪਰਿਆ ਸੀਗਾ, ਉਸ ਕਾਲਜ ਨੇ ਆਪਣੇ 51 ਡਾਕਟਰਾਂ ਨੂੰ ਨੋਟਿਸ ਜਾਰੀ ਕਰਤਾ, ਅਤੇ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਦੋਂ ਆਓਗੇ, ਅਤੇ ਜੇ ਨਹੀਂ ਆਏ ਤੁਹਾਡੇ ਖਿਲਾਫ਼ ਕੀ ਕਾਰਵਾਈ ਕੀਤੀ ਜਾਵੇ, ਮਤਲਬ ਅਨੁਸ਼ਾਸਨੀ ਕਾਰਵਾਈ ਕਰਨ ਦਾ ਵੀ ਨੋਟਿਸ ਜਾਰੀ ਕੀਤਾ ਗਿਆ। ਇੱਦਾਂ ਸੁਪਰੀਮ ਕੋਰਟ ਨੇ ਆਰਡਰ ਕੀਤੇ ਸੀ, ਕੱਲ੍ਹ 5 ਵਜੇ ਤੋਂ ਬਾਅਦ ਜਿਹੜੇ ਡਾਕਟਰ ਨਹੀਂ ਆਉਂਦੇ, ਡਿਊਟੀਆਂ 'ਤੇ ਵਾਪਸ ਨਹੀਂ ਪਰਤਦੇ, ਉਹਨਾਂ ਦੇ ਖਿਲਾਫ਼ ਰਾਜ ਸਰਕਾਰਾਂ ਕੋਈ ਵੀ ਐਕਸ਼ਨ ਕਰ ਸਕਦੀਆਂ ਨੇ, ਕੋਈ ਵੀ ਐਕਸ਼ਨ ਵਰਕੇ ਐਨੀ ਕੋਈ ਵੀ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਡਾਕਟਰਾਂ 'ਤੇ। ਡਾਕਟਰਾਂ ਨੇ ਵੀ ਇਸ ਟਾਈਮ ਆਪਣੇ ਆਪ ਦੀ ਜਿਹੜਾ ਕਿ ਕਹਿੰਦੇ ਵੀ ਹੱਥ 'ਚ ਆਇਆ ਹੋਇਆ ਬਟੇਰ, ਫਿਰ ਜੋ ਮਰਜ਼ੀ ਕਰ ਲਈਏ ਆਪਾਂ, ਕੁੱਟ ਲਈਏ ਫੜ ਕੇ,
ਤੇ ਉਹ ਇਸ ਤਰੀਕੇ ਨਾਲ ਇਸ ਗੱਲ ਲੈ ਰਹੇ ਨੇ ਕਿ ਆਮ ਲੋਕਾਂ ਦੇ ਦੁੱਖ ਦਰਦ ਨੂੰ ਪਹਿਚਾਣ ਨਹੀਂ ਰਹੇ ਡਾਕਟਰ, ਸਗੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਪੂਰੇ ਅਗਰੈਸਿਵ ਹੈਗੇ ਆ ਤੇ ਉਹ ਪੂਰੇ ਭਾਰਤ ਵਿੱਚ ਮਰੀਜ਼ਾਂ ਨੂੰ ਛੱਡ ਕੇ ਆਪਣੀਆਂ ਮੰਗਾਂ ਪਿੱਛੇ ਪੈ ਕੇ ਤੇ ਹੁਣ ਉਹ ਸੁਪਰੀਮ ਕੋਰਟ ਦੇ ਹੁਕਮ ਵੀ ਮੰਨਣ ਲਈ ਤਿਆਰ ਨੇ, ਜਿਸ ਕਰਕੇ ਹੁਣ ਡਾਕਟਰਾਂ ਦੀ ਆਲੋਚਨਾ ਵੀ ਭਾਰਤ ਵਿੱਚ ਹੋਣ ਲੱਗ ਪਈ ਹੈ। ਸੁਮੇਧ ਸੈਣੀ ਨੂੰ ਇੱਕ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ, ਕਾਫੀ ਸਮੇਂ ਬਾਅਦ ਸੁਮੇਧ ਸੈਣੀ ਫਿਰ ਚਰਚਾ ਦੇ ਵਿੱਚ ਹੈ। ਇਹਦੇ ਕੀਤੇ ਹੋਏ ਜਿਹੜੇ ਕਾਰਨਾਮੇ ਨੇ ਉਹ ਤਾਂ ਜੱਗ ਜ਼ਾਹਰ ਨੇ। 1991 ਵਾਲਾ ਜਿਹੜਾ ਦੌਰ ਹੈ ਉਸ ਵਕਤ ਜਾਂ ਤਾਂ ਇਹਦਾ ਸਿੱਕਾ ਚੱਲਦਾ ਸੀਗਾ, ਨਾ ਚੱਲਦਾ ਸੀ, ਜਾਂ ਚੰਦ ਇੱਕ ਹੋਰ, ਮੈਂ ਉਹਨਾਂ ਨੂੰ ਕੀ ਕਹਾਂ ਹੁਣ, ਵਾਰ ਵਾਰ ਲਫ਼ਜ਼ ਵਰਤਣਾ ਚੰਗਾ ਨਹੀਂ ਲੱਗਦਾ, ਲਾਲਾ ਲਾਲਾ ਕਰਾਈ ਪਈ ਸੀ ਇਹਨਾਂ ਨੇ। ਹਾਂਜੀ, 1991 ਦੌਰਾਨ ਬਲਵੰਤ ਸਿੰਘ ਮੁਲਤਾਨੀ, ਸਾਬਕਾ IAS ਦਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਨੂੰ ਜਿਹੜਾ ਅਗਵਾ ਹੱਤਿਆ ਦਾ ਮਾਮਲਾ ਹੈ ਉਹਦੇ 'ਤੇ ਝਟਕਾ ਮਿਲਿਆ, ਇਹਨੂੰ ਕੀ ਕਹਿਣਾ ਚਾਹੋਗੇ? ਚਲੋ ਸਰ, FIR ਦਰਜ ਕੀਤੀ ਗਈ ਸੀ 2007 ਵਿੱਚ, ਪਰ ਉਸ ਤੋਂ ਫਿਰ ਤੋਂ ਬਾਅਦ ਤਾਂ ਫਿਰ ਬੱਲੇ ਬੱਲੇ ਸੀਗੀ ਸੁਮੇਧ ਸੈਣੀ ਦੀ। ਉਹਦੀ ਕੀ ਔਕਾਤ ਸੀ ਕਿਸੇ ਬੰਦੇ ਦੀ ਕਿ ਉਹਦੇ ਖਿਲਾਫ਼ ਕੋਈ ਪੱਤਾ ਵੀ ਹਿੱਲ ਜਾਵੇ, ਪੱਤਾ ਵੀ ਹਿੱਲ ਜਾਵੇ ਤੋਂ ਲੈ ਕੇ 17 ਤੱਕ ਤਾਂ ਫਿਰ ਉਹਦੀ ਵੈਲਿਊ ਬਣੀ ਰਹੀ ਨਾ ਸੁਮੇਧ ਸੈਣੀ ਦੀ ਜੀ। ਸੁਮੇਧ ਸੈਣੀ ਜਿਹੜਾ ਕਿ KPS ਗਿੱਲ ਦੇ ਬਹੁਤ ਨੇੜੇ ਸੀਗਾ, ਉਹਦਾ ਬਹੁਤ ਜ਼ਿਆਦਾ ਵਿਸ਼ਵਾਸ ਪਾਤਰ ਸੀਗਾ, ਉਹ KPS ਗਿੱਲ ਜਿਸਨੇ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ, ਅਤੇ ਉਸ KPS ਗਿੱਲ ਨੂੰ ਭੰਡਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ, ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਬਹੁਤ ਜ਼ਿਆਦਾ ਨੇੜੇ ਸੀਗਾ ਸੁਮੇਧ ਸੈਣੀ, ਐਵੇਂ ਫੀਤੀਆਂ ਲੱਗ ਗਈਆਂ ਸੀ। ਅਤੇ ਉਹ ਸਭ ਤੋਂ ਘੱਟ ਉਮਰ 54 ਸਾਲ ਦੀ ਉਮਰ 'ਚ DGP ਬਣ ਗਿਆ ਸੀਗਾ ਸੁਮੇਧ, ਬਲਕਿ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦਾ DGP ਬਣਿਆ ਸੀਗਾ ਸੁਮੇਧ ਸੈਣੀ ਅਕਾਲੀ ਸਰਕਾਰ ਦੇ ਵਿੱਚ। ਅਤੇ SSP ਜਦੋਂ ਸੀਗਾ ਨਾ ਜੀ, ਇਹ ਮੋਹਾਲੀ ਡਿਊਟੀ ਸੀ ਇਹਦੀ, ਤਾਂ ਇਹਨੇ ਕੁਝ ਖਾੜਕੂਆਂ ਦੇ ਪਿੱਛੇ ਲੱਗਿਆ ਸੀਗਾ ਅਤੇ ਕੁਝ ਖਾੜਕੂ ਮਾਰੇ ਮੂਰੇ ਵੀ ਗਏ ਸੀਗੇ, ਅਤੇ ਫਿਰ ਇਹਦੇ ਖਿਲਾਫ਼ ਗੁੱਸਾ ਹੋ ਗਿਆ ਸੀਗਾ ਅਤੇ ਇਸ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ। ਅਟੈਕ ਕਾਰਨ 4 ਦੇ ਜਿਹੜੇ ਇਹਦੇ ਨਾਲ ਜਵਾਨ ਸੀਗੇ ਮਾਰੇ ਗਏ ਸੀਗੇ, ਪੁਲਿਸ ਮੁਲਾਜ਼ਮ, ਇਹਦੇ ਵੀ ਸੱਟਾਂ ਲੱਗੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਇਹ ਬੜਾ ਕਰੂਰ ਹੋ ਗਿਆ ਸੀਗਾ, ਉਸ ਤੋਂ ਬਾਅਦ ਫਿਰ ਇਹਨੇ ਛੱਡਿਆ ਕੱਖ ਨਹੀਂ। ਫਿਰ ਆਹ ਵੀ ਜਿਹੜਾ ਕਿ ਆਪਾਂ ਗੱਲ ਤੁਸੀਂ ਕੀਤੀ ਹੈ, ਨਾਂ ਲਿਆ ਨਾ ਜੀ ਮੁਲਤਾਨੀ ਦਾ, ਅਤੇ ਉਹਦਾ ਬੇਟਾ ਚੱਕ ਲਿਆ, ਬਲਵੰਤ ਸਿੰਘ ਮੁਲਤਾਨੀ ਇੰਜੀਨੀਅਰ ਸੀਗਾ, ਉਹਦਾ ਕੰਮ ਸੀ, ਬਿਜ਼ਨਸ ਸੀਗਾ ਬੰਦੇ ਦਾ, ਉਹ ਚੱਕ ਲਿਆ ਉਹਨੂੰ, ਅਤੇ ਉਹ ਇੰਨਾ ਟਾਰਚਰ ਕੀਤਾ ਗਿਆ ਕਿ ਉਹਨੂੰ ਫਿਰ ਅਗਵਾ ਸੋਰੀ ਦਿਖਾ ਦਿੱਤਾ ਗਿਆ ਕਿ ਇਹ ਭੱਜ ਗਿਆ, ਪੁਲਿਸ ਦੀ ਹਿਰਾਸਤ 'ਚੋਂ ਭੱਜ ਗਿਆ, ਅਤੇ ਬਾਅਦ 'ਚ ਉਹਦੀ ਮੌਤ ਦਾ ਪਤਾ ਲੱਗਿਆ ਕਿ ਉਹ ਮਰ ਗਿਆ। ਅਤੇ ਉਸ ਤੋਂ ਬਾਅਦ ਫਿਰ ਇਹਦੇ ਖਿਲਾਫ਼ ਕੇਸ ਦਰਜ ਹੋ ਗਿਆ 2007 ਤੋਂ ਬਾਅਦ, ਇਹਦੇ ਕਲੋਜ਼ ਰਿਪੋਰਟ ਵੀ ਪੈ ਗਈ ਸੀਗੀ, ਇਹਦੇ ਕੇਸ ਵੀ ਬੰਦ ਕਰਨ ਦੀ ਗੱਲ ਹੋਈ, ਇਸ ਵਿੱਚ ਬੰਦ ਨਹੀਂ ਹੋਇਆ ਕੇਸ। ਫਿਰ ਦੁਬਾਰੇ ਮੁੜ ਕੇ ਗਵਾਹ ਆਏ ਫਿਰ ਸਾਹਮਣੇ ਇਹਦੇ ਖਿਲਾਫ਼ ਵੀ ਹਾਂ ਇਹਨੇ ਉਹ ਮਾਰਿਆ ਸੀਗਾ, ਇਸ ਨੇ ਮਾਰਿਆ ਸੀਗਾ। ਉਹ ਗਵਾਹ ਆਉਣ ਤੋਂ ਬਾਅਦ 2020 ਦੇ ਵਿੱਚ ਫਿਰ ਇਹ ਮੁੱਦਾ ਚੁੱਕਿਆ ਗਿਆ, ਜਦੋਂ ਕਿ ਕੈਪਟਨ ਅਮਰਿੰਦਰ ਸਰਕਾਰ ਸੀਗੀ, ਉਦੋਂ ਦੋਸ਼ ਬੜੇ ਲਾਏ ਸੀਗੇ ਸੁਮੇਧ ਸੈਣੀ ਨੇ ਵੀ, ਅਕਾਲੀ ਦਲ ਵਾਲਾ ਵੀ, ਇਹ ਜਾਣ ਕੇ ਫਸਾਉਣ ਲੱਗੇ ਨੇ ਸੁਮੇਧ ਸੈਣੀ ਨੂੰ, ਕੈਪਟਨ ਅਮਰਿੰਦਰ ਸਿੰਘ ਕੋਈ ਲੈ ਰਹੇ ਨੇ ਬਦਲਾ ਸੁਮੇਧ ਸੈਣੀ ਤੋਂ, ਉਦੋਂ ਇਹ ਗੱਲਾਂ ਚੱਲੀਆਂ ਸੀਗੀਆਂ। 2020 ਦੇ ਵਿੱਚ ਫਿਰ ਇਹਨੇ ਸੁਮੇਧ ਸੈਣੀ ਨੇ ਜਿਹੜਾ ਦੇ ਖਿਲਾਫ਼ ਇਹ ਕੇਸ ਦਰਜ ਹੋ ਗਿਆ, ਉਹ ਹਾਈ ਕੋਰਟ 'ਚ ਲੈ ਗਿਆ, ਹਾਈ ਕੋਰਟ ਨੇ ਰਾਹਤ ਨਹੀਂ ਦਿੱਤੀ ਉਹਨਾਂ ਨੂੰ, ਫਿਰ ਉਹ ਸੁਪਰੀਮ ਕੋਰਟ 'ਚ ਲੈ ਗਿਆ। ਹੁਣ ਸੁਪਰੀਮ ਕੋਰਟ ਵਿੱਚ ਵੀ ਉਹ FIR ਰੱਦ ਕਰਨ ਤੋਂ, ਸੁਮੇਧ ਸੈਣੀ ਦੇ ਉਹ FIR ਰੱਦ ਕਰਨ ਤੋਂ ਇਨਕਾਰ ਕਰਤਾ ਸੁਪਰੀਮ ਕੋਰਟ ਨੇ ਕਿ ਕੇਸ ਚੱਲੇਗਾ ਜੀ। ਇਹ ਬੜਾ ਝਟਕਾ ਲੱਗਿਆ ਸੁਮੇਧ ਸੈਣੀ ਨੂੰ। ਇੱਕ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਹੋਰ ਦੱਸਣਾ ਚਾਹੁੰਦਾ ਸਾਹਿਬ, ਕੱਲ੍ਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਨੇ ਸਰਬਜੀਤ ਸਿੰਘ, ਉਹ ਮਿਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ। ਹਾਂ, ਉਹ ਵੀ ਕਾਫੀ ਅਹਿਮ ਖ਼ਬਰ ਆ। ਅਕਾਲ ਤਖ਼ਤ ਸਾਹਿਬ ਨੂੰ ਮਿਲੇ ਨੇ ਅਤੇ ਉਹਨਾਂ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਅਤੇ ਸੁਖਦੇਵ ਢੀਂਡਸਾ ਨੂੰ ਤਲਬ ਕਰੋ ਤੁਸੀਂ, ਕਿਉਂਕਿ ਉਹਨਾਂ ਨੇ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਵਾਸਤੇ ਕਿਹਾ ਸੀ।
ਉਹਨਾਂ ਨੇ ਰੋਲ ਨਿਭਾਇਆ ਸੀਗਾ, ਉਹ ਤਾਂ ਰੋਲ ਨਿਭਾਇਆ ਸੀ ਉਹਨਾਂ ਨੇ ਪਤੰਦਰੋਂ। ਆਹਦਾ ਸੁਮੇਧ ਸੈਣੀ ਦਾ ਜਿਹੜਾ ਕਿ ਸਿੱਖਾਂ ਦਾ ਕਾਤਲ ਸੀ, ਕਥਿਤ ਤੌਰ ਤੇ ਕਾਤਲ ਸੀਗਾ ਤੇ ਇਹ ਕਥਿਤ ਕਥਿਤ ਲਫ਼ਜ਼ ਤੁਸੀਂ ਵਰਤਿਆ ਤੇ ਪੂਲਾ ਪੂਲੇ ਦਾ ਸਾਥੀ ਸੀ ਇਹ, ਔਰ ਜਟਾਣੇ ਵਾਲੇ ਮਾਮਲੇ ਦੇ ਵਿੱਚ ਕਿੱਡਾ ਵੱਡਾ ਕਾਂਡ ਆ ਪੂਲੇ ਦਾ, ਮਤਲਬ ਆਦਮ ਬੋ ਆਦਮ ਬੋ ਆਦਮ ਬੋ ਹੁੰਦੀ ਸੀ ਇਹ, ਜਿਹਦੀ ਜਿਹੜਾ ਮਤਲਬ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸੀਗੇ, ਕਈਆਂ ਨੂੰ ਸਜ਼ਾ ਹੋਈ ਹੈ, ਕਈਆਂ ਨੂੰ ਅਜੇ ਹੋਣੀ ਹੈ। ਚਲੋ ਹੁਣ ਇਹਨੂੰ ਝਟਕਾ ਲੱਗਾ ਹੈ, ਇਹ ਹੁਣ ਭੱਜ ਨੱਠ ਤਾਂ ਕਰੂਗਾ ਹੀ, ਬਿਲਕੁਲ ਕਰੇਗਾ ਭੱਜ ਨੱਠ ਤਾਂ ਕੀ ਹੋਣਾ, ਕੇਸ ਦਾ ਸੁਪਰੀਮ ਕੋਰਟ ਤੋਂ ਵੱਡਾ ਤਾਂ ਫਿਰ ਸੁਪਰੀਮ ਹੁਣ ਕੋਈ ਹੈ ਨਹੀਂ ਜੇ ਤਾਂ ਰਾਸ਼ਟਰਪਤੀ ਹੈ ਫਿਰ ਹੁਣ ਤਾਂ ਮਾਨ ਯੋਗ। ਚਲੋ ਸੀਜਮਾਰ 83 ਮੀਟਰ ਬੈਰ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ, ਕੀ ਮਾਨ ਯੋਗ ਰਾਸ਼ਟਰਪਤੀ ਕੋਈ ਏਦਾਂ ਜਾ ਸਕਦੇ ਨੇ ਪਹਿਲਾਂ ਫੈਸਲੇ ਤੋਂ? ਨਹੀਂ ਅਸਲ ਚ ਅਸਲ ਮੈਂ ਤਾਂ ਕਿਹਾ ਵੀ ਸੁਪਰੀਮ ਕੋਰਟ ਤੋਂ ਪਰਤਾ ਫਿਰ ਰਾਸ਼ਟਰਪਤੀ ਹੁੰਦਾ, ਰਾਸ਼ਟਰਪਤੀ ਕੋਲੇ ਜਾਣ ਦਾ ਰਸਤਾ ਨਹੀਂ ਹੈ ਕੋਈ, ਰਹਿ ਨਹੀਂ ਰਸਤਾ ਜੀ। ਲਾਸਟ ਕੁਐਸਚਨ ਕਰਾਂਗੇ ਫਿਰ ਵਾਈਂਡ ਅਪ ਕਰਦੇ ਜੀ। ਅਕੀਤਾ ਜੀ, ਸਿੰਗਾਪੁਰ ਦੇ ਵਿੱਚ ਇੱਕ ਕਾਨਫਰੰਸ ਹੈਗੀ ਹੈ, ਮੈਂ ਜਦੋਂ ਪੜਿਆ ਟੌਪਿਕ ਤਾਂ ਮੈਨੂੰ ਕਾਫੀ ਰੁਚੀ ਹੋਈ ਕਿ ਕੀੜੇ ਮਕੌੜੇ ਖਾਣ ਦਾ ਜਿਹੜਾ ਰੁਝਾਨ ਹੈਗਾ ਲੋਕਾਂ ਦੇ ਵਿੱਚ ਵੱਧ ਰਿਹਾ ਹੈਗਾ, ਉਹਦੇ ਉਸ ਵਿਸ਼ੇ ਦੇ ਕਾਨਫਰੰਸ, ਕੀ ਇਹਦਾ ਕੋਈ ਸਾਇੰਟਿਫਿਕ ਕੋਈ ਬੈਨੀਫਿਟ ਵੀ ਹੈਗਾ, ਤੁਸੀਂ ਕਿਸੇ ਉਹਦੇ ਕਾਨਫਰੰਸ ਦੇ ਕੀ ਗੱਲ ਦੇ ਕਿ ਜਿਹੜੀ ਰੀਜੀ ਜੀ ਉਹ ਹੀ ਖਾ ਜਾਂਦੇ ਨੇ ਜਦੋਂ 600 ਸਾਇੰਸਦਾਨ ਵਿਗਿਆਨਕ ਉਸ ਕੋਈ ਵੀ ਕਾਨਫਰੰਸ ਦੇ ਵਿੱਚ ਇਕੱਠੇ ਹੋਏ ਨੇ, ਜਿਹਦੇ ਜਿਸ ਇਹ ਗੱਲ ਕਹਿਣੀ ਆ, ਇਹ ਗੱਲ ਉਹਨਾਂ ਨੇ ਵਿਚਾਰੀ ਹੈ ਕਿ ਜਿਹੜੇ ਇਨਸੈਕਟ ਹੈਗੇ ਆ, ਜਿਹੜੇ ਕੀੜੇ ਮਕੌੜੇ ਹੈਗੇ ਆ, ਇਹਨਾਂ ਨੂੰ ਸਵਾਦਲੇ ਬਣਾਉਣ ਵਾਸਤੇ, ਮਤਲਬ ਕਿ ਵਧੀਆ ਅੱਛੇ ਸਵਾਦਲੇ ਬਣਾਉਣ ਵਾਸਤੇ ਕਿਵੇਂ ਜਿਹੜਾ ਕਿਚਨ ਦੇ ਵਿੱਚ ਕੰਮ ਕੀਤਾ ਜਾਵੇ, ਇਹਨੂੰ ਸਵਾਦਲੇ ਬਣਾਉਣ ਵਾਸਤੇ ਕਾਨਫਰੰਸ ਸੀਗੀ। ਉਹ ਦੁਨੀਆਂ ਭਰ ਦੇ ਵਿਗਿਆਨੀ ਉੱਥੇ ਪਹੁੰਚੇ ਨੇ, 2 ਅਰਬ ਕੀੜੇ ਮਕੌੜੇ ਲੋਕ ਅਜੇ ਵੀ ਭਾਰਤ ਵਿੱਚ ਨਾ, ਉਹ ਦੁਨੀਆਂ ਵਿੱਚ ਭਾਰਤ ਚ ਨਹੀਂ ਖਾ ਰਿਹਾ, ਭਾਰਤ ਦਾ ਅੰਕੜਾ ਨਹੀਂ ਕੋਈ ਆਇਆ ਤੇ ਖਾ ਰਹੇ ਨੇ, 2 ਅਰਬ ਦੇ ਕਰੀਬ ਲੋਕ ਕੀੜੇ ਮਕੌੜੇ, ਖਾਸ ਕਰਕੇ ਜਿੰਗੂਰ ਤੇ ਟਿੱਡਾ, ਇਹਨਾਂ ਨੂੰ ਲੋਕ ਇਹਨਾਂ ਨੂੰ ਬੜਾ ਖਾ ਰਹੇ ਨੇ, ਟਿੱਡੇ ਨੂੰ, ਟਿੱਡਾ ਤਾਂ ਵੈਸੇ ਨੀ ਕਹਿੰਦੇ ਆਪਣੇ ਰਾਜ ਵਿੱਚ, ਤਾਂ ਸੇਵੀਆਂ ਵਾਂਗੂ ਖਾਂਦੇ ਆ ਭੁੰਨ ਕੇ, ਬੜਾ ਉਹ ਤਾਂ ਦੇਖੋ ਕਿੱਦਾਂ ਖਾਈ ਜਾਂਦੇ ਆ। ਤੇ ਦੂਜੀ ਗੱਲ ਤੁਸੀਂ ਹੋਰ, ਉਹਨਾਂ ਨੇ ਇਹ ਗੱਲ ਕੀਤੀ ਆ ਕਿ ਇਹ ਟਿੱਡੇ ਖਾਣ ਨਾਲ ਬੰਦੇ ਦੇ ਅੰਦਰ ਵਿਟਾਮਿਨਸ ਮਿਨਰਲਸ ਜਿਹੜੇ ਹੁੰਦੇ ਆ ਤੇ ਹੋਰ ਕਈ ਸਾਰੀਆਂ ਤਾਕਤਾਂ ਮਿਲਦੀਆਂ ਨੇ ਬੰਦੇ ਨੂੰ, ਬੰਦੇ ਵਿੱਚ ਕੀੜੇ ਮਕੌੜੇ ਬੜੀ ਤਾਕਤ ਦਿੰਦੇ ਆ, ਧਰਤੀ ਤੋਂ ਟਿੱਡੇ ਖਤਮ ਹੋ ਜਾਣੇ। ਹੁਣ ਤੁਹਾਨੂੰ ਪਤਾ ਮਿਜ਼ੋਰਮ ਤੋਂ ਆਏ ਸੀਗੇ ਕਿਹਦਾ ਸਾਹਿਬ, ਪੰਜਾਬ ਦੇ ਵਿੱਚ ਇੱਕ ਵਾਰੀ ਜੇ ਚੋਣਾਂ ਹੋਈਆਂ ਸੀਗੀਆਂ, ਬਾਹਰੋਂ ਲੱਗੀਆਂ ਸੀ ਬਟਾਲੀਅਨ, ਅਜਨਾਲੇ ਵਾਲੇ ਪਾਸੇ, ਉਦੋਂ ਮੈਂ ਅਖਬਾਰਾਂ ਦੇ ਵਿੱਚ ਉਦੋਂ ਖਬਰਾਂ ਖੁਬਰਾਂ ਸੁਣੀਆਂ ਪੜ੍ਹੀਆਂ ਸੀਗੀਆਂ ਕਿ ਕੁੱਤਿਆਂ ਦਾ ਹੀ ਕਾਲ ਪੈ ਗਿਆ ਸੀ ਪੰਜਾਬ 'ਚ। ਮੈਂ ਕਿਹਾ 6 ਮਹੀਨੇ ਹੋਰ ਰੱਖੋ, ਮੁੜ ਕੇ ਫਿਰ ਮੇਨਕਾ ਗਾਂਧੀ ਤਾਂ ਨਾ ਬੋਲਿਆ ਕਰੂਗੀ ਕਿ ਪੰਜਾਬ ਦੇ ਵਿੱਚ ਕੁੱਤਿਆਂ ਨੂੰ ਸੋਟੇ ਪੈਂਦੇ ਆ, ਹੈ ਨਾ, ਕੁੱਤਾ ਭਾਵੇਂ ਬੱਚੇ ਪਾੜ ਜੇ, ਉਦੋਂ ਨਹੀਂ ਬੀਬੀ ਬੋਲਦੀ, ਬਜ਼ੁਰਗ ਪਾੜ ਜੇ ਬੱਚੇ ਖਾ ਜਾਣ, ਅਤੇ ਜੇ ਕੁੱਤੇ ਨੂੰ ਸੋਟੀ ਮਾਰ ਦਿਉ ਤਾਂ ਫਿਰ ਪੁਲਿਸ ਆ ਜਾਂਦੀ। ਇਹ ਤਾਂ ਮੈਂ ਤਾਂ ਇੰਟਰਸਟਿੰਗ ਤਰੀਕੇ ਨਾਲ ਪੜ੍ਹੀ ਪੂਰੀ ਖਬਰ, ਇਹ ਬੜੀ ਵੱਡੀ ਖਬਰ ਆ, ਇਹ ਜਿਹੜੇ ਇਨਸੈਕਟ, ਇਹ ਤਾਂ ਸਬਜੈਕਟ ਵੀ ਇਹੀ ਸੀਗਾ ਜੀ, ਇਨਸੈਕਟ ਟੂ ਫੀਡ, ਅੱਛਾ, ਮਤਲਬ ਕਿ ਕਿੱਦਾਂ ਤੁਸੀਂ ਕੀੜੇ ਮਕੌੜੇ ਖਾਣੇ ਹੈਗੇ ਆ, ਕਿਆ ਬਾਤ ਆ। ਤੇ ਚਲੋ ਜਿਹੜੇ ਖਾਂਦੇ ਨੇ ਉਹਨਾਂ ਨੂੰ ਮੁਬਾਰਕ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਸੀ ਜਮਾਰ 1320 ਮੀਟਰ ਮੈਂ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ, ਬ੍ਰੇਕ ਤੋਂ ਬਾਅਦ। You are listening to CNN Toronto, Chawla News Network Toronto.